ਬਾਣ ਚਾਰ ਚ ਫੇਰੇ ਜਿਹੜਾ ਵੀਰ ਮਹਾਰਾਜ ਨੇ ਇਸ ਜਗ੍ਹਾ ਤੇ ਆ ਕੇ ਮਹਾਰਾਜ ਨੇ ਦੁੱਧ ਦੀ ਮੰਗ ਕੀਤੀ ਵੀ ਅਸੀਂ ਲੰਗਰ ਪਾਣੀ ਤਿਆਰ ਕਰਨਾ, ਸਾਨੂੰ ਦੁੱਧ ਕਰਕੇ ਫੰਡਰ ਝੋਟੀ ਪੇਸ਼ ਕਰਕੇ ਕਿਹਾ ਜੀ ਇਹਦਾ ਚੋਣ ਵੀ ਮਹਾਰਾਜ ਨੇ ਸ਼ਰਾਬ ਵੀ ਦੇ ਦਿੱਤਾ ਸੀਗਾ। ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਮਹਾਰਾਜ ਨੇ ਫਿਰ ਇਸ ਸਥਾਨ ਤੇ ਉਹਨਾਂ ਨੂੰ ਬਖਸ਼ਿਆ, ਬਹੁਤ ਭਾਰੀ ਮਾਤਰਾ ਦੇ ਵਿੱਚ ਦਰਸ਼ਨ ਦਿੱਤਾ। ਕਿਹੜੀ ਜਗ੍ਹਾ ਤੇ ਪੈਂਦਾ ਤੇ ਕਿੱਥੋਂ ਜਿਹੜਾ ਜੇਕਰ ਸੰਗਤ ਇਧਰੋਂ ਜੀਰੇ ਵਾਲੇ ਘਰ ਦੇ ਵਿੱਚ ਇੱਥੇ ਆ ਕੇ ਕੇਂਦਰੀ ਸਥਾਨ ਬਣਦਾ ਹੈ। ਸੰਗਤ ਜੀ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਅਤੇ ਕਮੈਂਟਾਂ ਵਿੱਚ ਲਿਖੋ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਬਹੁਤ ਭਾਗਾਂ ਵਾਲੇ ਹੋ, ਦਰਸ਼ਨ ਕਰਨ ਜਾ ਰਹੇ ਹੋ ਗੁਰਦੁਆਰਾ ਠੱਠਾ ਸਾਹਿਬ ਪਾਤਸ਼ਾਹੀ ਛੇਵੀਂ ਚਰਨ ਛੋਹ ਪ੍ਰਾਪਤ ਧਰਤੀ। ਆ ਜੋ ਤੁਸੀਂ ਫੋਟੋ ਦੇਖ ਰਹੇ ਹੋ, ਇਸ ਫੋਟੋ ਦਾ ਇਤਿਹਾਸ ਬਹੁਤ ਪੁਰਾਣੀ ਫੋਟੋ ਆ। ਇਸ ਦੇ ਵਿੱਚ ਕੋਈ ਚਰਾਂਦੀਆਂ ਵੱਲੋਂ ਜਿਹੜਾ ਗੁਰੂ ਜੀ ਨਾਲ ਮਖੌਲ ਕੀਤਾ ਗਿਆ ਸੀਗਾ, ਤੋਕੜ ਫੰਡਰ ਝੋਟੀ ਦੇ ਕਿਹਾ ਕਿ ਹੇਠੋਂ ਦੁੱਧ ਚੋਲੋ, ਤਾਂ ਗੁਰੂ ਜੀ ਨੇ ਸੰਗਤ ਨੂੰ ਕਹਿ ਕੇ ਫੰਡਰ ਝੋਟੀ ਦੇ ਇੱਥੋਂ ਜਿਹੜਾ ਦੁੱਧ ਚਵਾਇਆ ਸੀਗਾ। ਸੋ ਵੀਡੀਓ ਜਿਹੜੀ ਚੱਲਦੀ ਚੱਲਦੀ ਸ਼ੇਅਰ ਕਰ ਦਿਉ ਅਤੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿਉ। ਆਪਣੇ ਪੇਜ ਨੂੰ ਸੁੱਖ ਲਾਟੀਆ ਫੇਸਬੁੱਕ ਪੇਜ ਅਤੇ ਸੁੱਖ ਲਾਟੀਆ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਜਾਣਕਾਰੀਆਂ ਸਹੀ ਸਮੇਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜੀ ਬੋਲੋ ਜੀ ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਪਹੁੰਚੇ ਹਾਂ ਚਰਨ ਛੋਹ ਪ੍ਰਾਪਤ ਧਰਤੀ ਪਾਤਸ਼ਾਹੀ ਛੇਵੀਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਜਗ੍ਹਾ 'ਤੇ ਪਹੁੰਚੇ ਸਨ ਤਾਂ ਇਸ ਜਗ੍ਹਾ 'ਤੇ ਕਿਸੇ ਜਿਹੜੇ ਚਰਾਂਦ ਵਾਲੇ ਸੀ ਉਹਨਾਂ ਵੱਲੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਟਿੱਚਰ ਕੀਤੀ ਗਈ ਸੀ। ਉਹਨਾਂ ਨੇ ਜਾਣ ਕੇ ਇੱਕ ਤੋਕੜ ਜਿਹੜੀ ਝੋਟੀ ਜਿੱਥੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਦੁੱਧ ਦੀ ਮੰਗ ਕੀਤੀ ਤਾਂ ਉਹਨਾਂ ਨੇ ਤੋਕੜ ਜਿਹੜੀ ਝੋਟੀ ਸੀ ਉਹ ਦੇ ਦਿੱਤੀ ਸੀ। ਜਿਸ ਤੋਂ ਬਾਅਦ ਕਿਸੇ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਤਾਂ ਉਹਨਾਂ ਦੇ ਉਸ ਤੋਕੜ ਝੋਟੀ ਦੇ ਹੇਠੋਂ ਜਿਹੜਾ ਦੁੱਧ ਚੋਇਆ ਗਿਆ। ਸੋ ਆਪਣੇ ਨਾਲ ਇੱਥੋਂ ਦੇ ਬਾਬਾ ਜੀ ਮੌਜੂਦ ਹਨ, ਆਪਾਂ ਇਹਨਾਂ ਤੋਂ ਵੀ ਜਿਹੜੀ ਪੂਰੀ ਇਤਿਹਾਸ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਿਰਪਾ ਕਰਕੇ ਜਿਹੜੀ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ। ਬਹੁਤ ਜਿਹੜੇ ਬਾਹਰਲੇ ਮੁਲਕਾਂ ਦੇ ਵੀਰ ਨੇ ਆਪਣੀਆਂ ਇਹ ਵੀਡੀਓ ਦੇਖਦੇ ਹਨ, ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਤਾਂ ਜਿਹੜੀ ਹੋਰ ਸੰਗਤ ਤੱਕ ਇਹ ਵੀਡੀਓ ਪਹੁੰਚ ਸਕੇ। ਸੋ ਆਓ ਜਿਹੜੇ ਅੱਜ ਦੇ ਇਤਿਹਾਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਗੁਰਦੁਆਰਾ ਠੱਠਾ ਸਾਹਿਬ ਨੇੜੇ ਮੱਲਾਂ ਵਾਲਾ ਖਾਸ ਜੀਰਾ, ਸਾਰੀ ਜਿਹੜੀ ਲੋਕੇਸ਼ਨ ਆਪਾਂ ਤੁਹਾਨੂੰ ਇੱਥੋਂ ਦੀ ਜਿਹੜੀ ਲੋਕੇਸ਼ਨ ਜ਼ਰੂਰ ਦੱਸਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਅੱਜ ਆਪਾਂ ਮੌਜੂਦ ਹਾਂ ਗੁਰਦੁਆਰਾ ਠੱਠਾ ਸਾਹਿਬ। ਸੋ ਇੱਥੋਂ ਦੇ ਤੁਸੀਂ ਇਤਿਹਾਸ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦਿਓ। ਬਹੁਤ ਜਿਹੜੀ ਬਾਹਰਲੇ ਮੁਲਕਾਂ ਦੀ ਸੰਗਤ ਆ ਤੁਹਾਨੂੰ ਉਹ ਜਿਹੜੀ ਇੱਥੋਂ ਦੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਲੈਣਾ ਚਾਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਤ ਸੰਗਤ ਜੀ। ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੋ ਆਪ ਜੀ ਚੈਨਲ ਦੇ ਰਾਹੀਂ ਗੁਰੂ ਮਹਾਰਾਜ ਜੀ ਦੇ ਸਥਾਨ ਦੇ ਦਰਸ਼ਨ ਕਰਵਾ ਰਹੇ ਹੋ। ਇਸ ਅਸਥਾਨ 'ਤੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੋ ਵਾਰ ਚਰਨ ਪਾਏ ਸਨ। ਠੀਕ ਹੈ ਜੀ। ਸਤਿਗੁਰੂ ਜੀ ਉਸ ਸਮੇਂ ਡਰੋਲੀ ਭਾਈ ਵਿਖੇ ਸਭਾਇਮਾਨ ਸਨ। ਹਾਂਜੀ। ਇਸ ਇਲਾਕੇ ਦੇ ਵਿੱਚ ਜੰਗਲ ਸੀਗਾ, ਗੂੜਾ ਬੀਆ ਬਾਣ ਚਾਰ ਚੁਫੇਰੇ ਜਿਹੜਾ ਬੀੜ ਸੀਗੀ। ਹਾਂਜੀ। ਇੱਥੇ ਇੱਕ ਸ਼ੇਰ ਅਤੇ ਸ਼ੇਰਨੀ ਦਾ ਜੋੜਾ ਰਹਿੰਦਾ ਸੀਗਾ ਜਿਹੜਾ ਸੰਗਤ ਦਾ ਜਾਨ ਮਾਲ ਦਾ ਨੁਕਸਾਨ ਕਰਦਾ ਸੀਗਾ। ਹਾਂਜੀ। ਸਤਿਗੁਰੂ ਜੀ ਮਹਾਰਾਜ ਡਰੋਲੀ ਭਾਈ ਵਿਖੇ ਸੰਗਤਾਂ ਨੂੰ ਪਤਾ ਲੱਗਾ, ਸੰਗਤਾਂ ਨੇ ਜਾ ਕੇ ਫਰਿਆਦ ਕੀਤੀ ਵੀ ਸਤਿਗੁਰੂ ਜੀ ਸਾਨੂੰ ਇਹ ਸ਼ੇਰ ਤੋਂ ਨਜਾਤ ਦਵਾਓ। ਹਾਂਜੀ। ਕਿਉਂਕਿ ਸ਼ੇਰ ਜਿਹੜਾ ਬਹੁਤ ਨੁਕਸਾਨ ਕਰ ਰਿਹਾ ਸੀਗਾ ਉਸ ਵੇਲੇ, ਖੂੰਖਾਰ ਹੋ ਚੁੱਕਾ ਸੀਗਾ। ਹਾਂਜੀ। ਤੇ ਮਹਾਰਾਜ ਸੰਗਤ ਦਾ ਹੁਕਮ ਮੰਨ ਕੇ ਇੱਥੇ ਮਨਾਵਾ ਸੁਨੇਹਰ ਜੀਰੇ ਦੇ ਮਹਾਰਾਜ ਨੇ ਇਸ ਜਗ੍ਹਾ ਤੇ ਆ ਕੇ ਪੜਾ ਕੀਤਾ। ਠੀਕ ਹੈ ਜੀ। ਇੱਥੇ ਕੁਝ ਛੇੜੂ ਸੀਗੇ, ਉਹ ਮੱਝਾਂ ਚਾਰ ਰਹੇ ਸੀਗੇ, ਡੰਗਰ ਚਾਰ ਰਹੇ ਸੀ ਆਪਣੇ। ਹਾਂਜੀ। ਉਹਨਾਂ ਪਾਸੋਂ ਮਹਾਰਾਜ ਨੇ ਦੁੱਧ ਦੀ ਮੰਗ ਕੀਤੀ ਵੀ ਅਸੀਂ ਲੰਗਰ ਪਾਣੀ ਤਿਆਰ ਕਰਨਾ, ਸਾਨੂੰ ਦੁੱਧ ਦਿੱਤਾ ਜਾਵੇ। ਹਾਂਜੀ। ਉਹ ਕੋਈ ਉਹ ਜਿਹੇ ਹੈਗੇ ਸੀਗੇ ਆਪਣੇ ਘੱਟ ਬੁੱਧੀ ਦੇ ਮਾਲਕ ਸੀਗੇ ਜਾਂ ਮਹਾਰਾਜ ਜੀ ਨਹੀਂ ਸਮਝਣ ਵਾਲੇ ਸੀ। ਹਾਂਜੀ।
ਉਹਨਾਂ ਨੇ ਮਹਾਰਾਜ ਜੀ ਨੂੰ ਇੱਕ ਔਸਟ ਝੋਟੀ ਪੇਸ਼ ਕਰਕੇ, ਫੰਡਰ ਝੋਟੀ ਪੇਸ਼ ਕਰਕੇ ਕਿਹਾ ਜੀ ਇਹਦਾ ਚੋਲੋ। ਹਾਂਜੀ, ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ, ਸਿੰਘ ਨੇ ਥਾਪੀ ਮਾਰ ਕੇ ਜਦੋਂ ਝੋਟੀ ਦੇ ਥੱਲੇ ਬੈਠਾ ਤੇ ਉਸਦੇ ਥਣਾਂ ਵਿੱਚੋਂ ਦੁੱਧ ਚੁਆਇਆ। ਠੀਕ ਹੈ ਜੀ। ਸਤਿਗੁਰੂ ਜੀ 20 ਦੇ ਵਿੱਚ ਆ ਕੇ ਮਹਾਰਾਜ ਨੇ ਇੱਕ ਵਾਰੀ ਤਾਂ ਸਿਆਣੇ ਇਤਿਹਾਸਕਾਰ ਦੱਸਦੇ ਹਨ ਵੀ ਮਹਾਰਾਜ ਨੇ ਸ਼ਰਾਬ ਵੀ ਦੇ ਦਿੱਤਾ ਸੀਗਾ। ਠੀਕ ਹੈ ਜੀ। ਇਸ ਇਲਾਕੇ ਦੀ ਸੰਗਤ, ਹਾਂਜੀ ਇਸ ਇਲਾਕੇ ਦੀ ਸੰਗਤ ਵੀ ਇੱਥੋਂ ਜਿਹੜਾ ਵੀ ਸਭ ਕੁਛ ਜਿਹੜਾ ਤੁਹਾਡਾ ਉੱਜੜ ਜਾਊਂਗੇ। ਹਾਂਜੀ। ਫਿਰ ਜਦੋਂ ਸੰਗਤ ਨੂੰ, ਜਿਹੜੀ ਸੰਗਤ ਨੇ ਜਾ ਕੇ ਮਹਾਰਾਜ ਅੱਗੇ ਫਰਿਆਦ ਕੀਤੀ, ਉਹ ਸੰਗਤ ਨੂੰ ਪਤਾ ਲੱਗਾ ਕੋਈ ਬੁੱਧੀਜੀਵੀ ਸੀ, ਉਹਨਾਂ ਨੇ ਆ ਕੇ ਸਤਿਗੁਰੂ ਜੀ ਪਾਸ ਫਰਿਆਦ ਕੀਤੀ। ਹਾਂਜੀ। ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ ਅਤੇ ਮਹਾਰਾਜ ਨੇ ਫਿਰ ਇਸ ਅਸਥਾਨ 'ਤੇ ਉਹਨਾਂ ਨੂੰ ਬਖਸ਼ਿਆ। ਹਾਂਜੀ। ਅਤੇ ਨਾਲ ਹੀ ਮਹਾਰਾਜ ਨੇ ਦੁੱਧ ਦਾ ਵਰ ਦਿੱਤਾ ਵੀ ਇਸ ਅਸਥਾਨ 'ਤੇ ਆ ਕੇ ਜੋ ਵੀ ਆਪਣੇ ਤਨੋਂ ਮਨੋਂ ਸੇਵਾ ਕਰੇਗਾ ਉਹਨੂੰ ਨਾ ਉਸਦੇ ਪਰਿਵਾਰ 'ਤੇ ਅਤੇ ਨਾ ਇਸ ਅਸਥਾਨ 'ਤੇ ਕੋਈ ਦੁੱਧ ਦੀ ਘਾਟ ਰਹੇਗੀ। ਠੀਕ ਹੈ ਜੀ। ਠੀਕ ਹੈ, ਠੀਕ ਹੈ। ਅਤੇ ਉਸ ਤੋਂ ਲੈ ਕੇ ਮਹਾਰਾਜ ਦਾ ਜਿਹੜਾ ਅਸਥਾਨ ਹੈ ਜਿਹੜਾ ਇਹ ਬੜਾ ਚੜ੍ਹਦੀ ਕਲਾ ਦੇ ਨਾਲ ਚੱਲਦਾ। ਇੱਥੇ ਪੁੰਨਿਆ ਮੱਸਿਆ ਮਹੀਨਾ ਕਿਹੜਾ ਜਿਹੜਾ? ਇੱਥੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਜੀ। ਮੱਸਿਆ, ਮਾਘੀ, ਵਿਸਾਖੀ। ਠੀਕ ਹੈ ਜੀ। ਉਸ ਤੋਂ ਇਲਾਵਾ ਸੰਗਰਾਂਦ 'ਤੇ ਵੀ ਸੰਗਤਾਂ ਬਹੁਤ ਭਾਰੀ ਮਾਤਰਾ ਦੇ ਵਿੱਚ ਦਰਸ਼ਨ ਦਰਦਾਰੇ ਕਰਦੀਆਂ। ਇੱਥੋਂ ਜਿਹੜੀ ਪੂਰੀ ਲੋਕੇਸ਼ਨ ਇੱਕ ਵਾਰ ਤੁਸੀਂ ਡਿਟੇਲ ਦੇ ਵਿੱਚ ਜ਼ਰੂਰ ਦੱਸ ਦਿਓ ਕਿ ਇਹ ਪਿੰਡ, ਇਹ ਗੁਰਦੁਆਰਾ ਸਾਹਿਬ ਕਿਹੜੀ ਜਗ੍ਹਾ 'ਤੇ ਪੈਂਦਾ ਅਤੇ ਕਿੱਥੋਂ ਜਿਹੜਾ, ਜੇਕਰ ਸੰਗਤ ਇੱਧਰੋਂ ਜੀਰੇ ਵਾਲੇ ਪਾਸੋਂ ਆਵੇ ਕਿੱਦਾਂ ਆਵੇ, ਜੇਕਰ ਕੋਈ ਅੰਮ੍ਰਿਤਸਰ ਵਾਲੇ ਪਾਸੇ ਮਾਝੇ ਦੀ ਧਰਤੀ ਤੋਂ ਆ ਰਿਹਾ ਤਾਂ ਕਿਹੜੀ ਲੋਕੇਸ਼ਨ ਨਹੀਂ ਪਹੁੰਚੇ? ਇਹ ਅਸਥਾਨ ਹੈਗਾ ਜੀ, ਤਿੰਨ ਸ਼ਹਿਰ ਵਿਧਾਨ ਸਭਾ ਹਲਕਾ ਜੀਰੇ ਦੇ ਵਿੱਚ ਪੈਂਦਾ। ਠੀਕ ਹੈ ਜੀ। ਇਹ ਅਸਥਾਨ ਤਿੰਨਾਂ ਸ਼ਹਿਰਾਂ ਦਾ ਕੇਂਦਰ ਅਸਥਾਨ ਆ। ਠੀਕ ਹੈ ਜੀ। ਮੱਲਾਂ ਵਾਲਾ, ਮਖੂ ਤੇ ਜੀਰਾ। ਠੀਕ ਹੈ ਜੀ। ਤਿੰਨਾਂ ਸ਼ਹਿਰਾਂ ਤੋਂ 10-10 ਕਿਲੋਮੀਟਰ ਇਸ ਦੀ ਦੂਰੀ ਆ। ਠੀਕ ਹੈ ਜੀ। ਮਖੂ ਵੱਲੋਂ ਵੀ ਇਹ ਜਿਹੜੀ ਲਹਿੰਦੇ ਵਾਲੇ ਪਾਸੇ ਨੂੰ ਸੜਕ ਮੁੜਦੀ ਹੈ, ਮਖੂ ਲੰਘ ਕੇ ਅਗਲੇ ਪਾਸੇ ਲਹਿੰਦੇ ਵਾਲੇ ਪਾਸੇ ਨੂੰ ਸੱਦਰਵਾਲਾ ਵਾਇਆ ਮਰਾਣਾ ਘੁੱਦੂ ਵਾਲਾ ਲੋਕੇ ਕਲਾਂ ਨੂੰ ਹੁੰਦਾ ਹੋਇਆ ਜਿਹੜਾ ਠੱਟਾ ਸਾਹਿਬ ਵਿਖੇ ਸੜਕ ਆਉਂਦੀ ਹੈ। ਠੀਕ ਹੈ ਜੀ। ਜੀਰੇ ਤੋਂ ਜੀਰਾ, ਬੋਤੀਆਂ ਵਾਲਾ ਨਰੰਗ ਸਿੰਘ ਵਾਲੇ ਤੋਂ ਹੁੰਦੀ ਹੋਈ ਸੜਕ ਜਿਹੜੀ ਗੁਰੂ ਘਰ ਦੇ ਵਿੱਚ ਆਉਂਦੀ, ਮੱਲਾਂ ਵਾਲੇ ਤੋਂ ਵੀ ਮੱਲਾਂ ਵਾਲਾ ਵਾਇਆ ਵਲਟੋਆ ਭਾਗੋਗੇ ਇਹਨਾਂ ਨਗਰਾਂ ਤੋਂ ਹੁੰਦੀ ਹੋਈ ਸੜਕ ਜਿਹੜੀ ਗੁਰੂ ਘਰ ਦੇ ਵਿੱਚ ਇੱਥੇ ਆ ਕੇ ਕੇਂਦਰੀ ਸਥਾਨ ਬਣਦਾ ਹੈ। ਸੋ ਸੰਗਤ ਜੀ, ਆਸ ਕਰਦੇ ਹਾਂ ਕਿ ਜਿਹੜੀ ਅੱਜ ਦਾ ਇਤਿਹਾਸਕਾਰ ਵੀਡੀਓ ਤੁਹਾਨੂੰ ਵਧੀਆ ਲੱਗੂਗੀ। ਕਿਰਪਾ ਕਰਕੇ ਜਿਹੜੀ ਵੀਡੀਓ ਹੈ ਜ਼ਰੂਰ ਸ਼ੇਅਰ ਕਰਿਓ, ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ। ਇੱਦਾਂ ਦੀਆਂ ਜਿਹੜੀਆਂ ਇਤਿਹਾਸਕ ਵੀਡੀਓ ਨੇ ਹਰ ਰੋਜ਼ ਆਪਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਿੰਦੇ ਹਾਂ। ਕਿਰਪਾ ਕਰਕੇ ਜਿਹੜਾ ਆਪਣਾ ਯੂਟਿਊਬ ਚੈਨਲ ਅਤੇ ਫੇਸਬੁੱਕ ਚੈਨਲ ਸੁੱਖ ਲਾਟੀਆ ਫੋਲੋ ਕਰ ਲਿਓ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।